ਇਹ ਹੱਥ ਨਾਲ ਛੂਹਣ ਵਾਲੀ ਸਲੇਟ ਅੰਨੇ ਲੋਕਾਂ ਵਾਸਤੇ ਬਹੁਤ ਲਾਭਕਾਰੀ ਹੋਵੇਗੀ। ਇਸ ਵਾਸਤੇ ਤੁਹਾਨੂੰ ਇੱਕ ਵੈਲਕਰੋ ਦੀ ਸਟ੍ਰਿਪ, ਉੱਨ ਅਤੇ ਕੁਝ ਹੋਰ ਚੀਜ਼ਾਂ ਚਾਹੀਦੀਆਂ ਹਨ। ਪਹਿਲਾਂ ਇੱਕ ਮੋਟੇ ਗੱਤੇ ਤੇ ਗੂੰਦ ਲਗਾਓ। ਵੈਲਕਰੋ ਦੀਆਂ ਦੋ ਸਟ੍ਰਿਪ ਹੁੰਦੀਆਂ ਹਨ, ਹੁੱਕ ਅਤੇ ਲੂਪ, ਜੋ ਆਪਸ ਵਿੱਚ ਜੁੜੀਆਂ ਹੁੰਦੀਆਂ ਹਨ। ਵੈਲਕਰੋ ਦੀ ਹੁੱਕ ਸਟ੍ਰਿਪ ਨੂੰ ਗੱਤੇ ਨਾਲ ਜੋੜ ਦਿਓ। ਇਹ ਤੁਹਾਡੀ ਡਰਾਇੰਗ ਸਲੇਟ ਹੋਵੇਗੀ। ਤੁਸੀਂ ਫਿਲਮ ਕੈਨ ਦੇ ਥੱਲੇ ਤੇ ਪੈਨ ਪਾਉਣ ਦੇ ਲਈ ਇੱਕ ਮੋਰੀ ਕਰੋ। ਕੈਨ ਦੇ ਮੂੰਹ ਦੇ ਨੇੜੇ ਦੋਨੋਂ ਪਾਸੇ ਇੱਕ ਇੱਕ ਛੋਟੀ ਮੋਰੀ ਕਰੋ। ਇਹ ਛੋਟੀ ਮੋਰੀ ਵਿੱਚ 20 ਨੌਚ ਬਣਾਓ। ਇੱਕ ਰਬੜ ਦੀ ਪੁਲੀ ਬਣਾਓ ਅਤੇ ਜ਼ੈਡ ਦੇ ਆਕਾਰ ਦਾ ਤਾਰ ਦਾ ਕ੍ਰੈਂਕ ਬਣਾਓ। ਹੁੱਕ ਨੂੰ ਪੁਲੀ ਵਿੱਚ ਪਾਓ। 3 ਫੁੱਟ ਲੰਬੀ ਉੱਨ ਦੇ ਇੱਕ ਕਿਨਾਰੇ ਨੂੰ ਪੁਲੀ ਨਾਲ ਬੰਨੋ। ਪੈਨ ਦਾ ਪਿਛਲਾ ਹਿੱਸਾ ਕੱਟ ਦਿਓ ਅਤੇ ਇਸ ਨੂੰ ਕੈਨ ਦੀ ਮੋਰੀ ਵਿੱਚ ਪਾ ਦਿਓ। ਉੱਨ ਦਾ ਦੂਸਰਾ ਹਿੱਸਾ ਪੈਨ ਦੇ ਵਿੱਚੋਂ ਕੱਢੋ ਅਤੇ ਦੁਬਾਰਾ ਪੈਨ ਨੂੰ ਬਾਹਰ ਖਿੱਚੋ। ਉੱਨ ਹੁੱਕ ਵਾਲੀ ਪੁਲੀ ਨੂੰ ਕੈਨ ਦੇ ਵਿੱਚ ਫਿਕਸ ਕਰੋ। ਡਰਾਇੰਗ ਪੈਨ ਫਿਸ਼ਿੰਗ ਲਾਈਨ ਵਾਂਗ ਹੈ। ਕ੍ਰੈਂਕ ਨੂੰ ਘੁਮਾਉਣ ਤੇ ਉੱਨ ਪੁਲੀ ਤੇ ਲਿਪਟ ਜਾਏਗੀ। ਉੱਨ ਦੇ ਆਖਰੀ ਹਿੱਸੇ ਵਿੱਚ ਮੋਟੀ ਗੰਢ ਬੰਨ ਦਿਓ। ਕ੍ਰੈਂਕ ਨਾਲ ਉੱਨ ਨੂੰ ਪੂਰੀ ਤਰ੍ਹਾਂ ਖਤਮ ਕਰ ਦਿਓ। ਹੁਣ ਇੱਕ ਪੈਨ ਲਵੋ ਅਤੇ ਸਲੇਟ ਦੇ ਉੱਪਰ ਡਾਇਨਾਸੌਰ ਬਣਾ ਦਿਓ। ਉੱਨ ਵੈਲਕਰੋ ਸਲੇਟ ਤੇ ਚਿਪਕ ਜਾਏਗੀ। ਤੁਸੀਂ ਇਸ ਨੂੰ ਵੇਖ ਸਕਦੇ ਹੋ ਅਤੇ ਜਾਣ ਸਕਦੇ ਹੋ ਕਿ ਤੁਸੀਂ ਕੀ ਬਣਾਇਆ ਹੈ। ਉਹਨੂੰ ਵਾਪਸ ਘੁਮਾਓ। ਹੁਣ ਇੱਕ ਫੁੱਲ ਬਣਾਓ। ਪੈਨ ਨੂੰ ਖਿੱਚਣ ਦੇ ਨਾਲ ਉੱਨ ਉੱਤਰ ਜਾਵੇਗੀ। ਕ੍ਰੈਂਕ ਨੂੰ ਵਾਪਸ ਘੁਮਾ ਲਵੋ। ਇਹ ਨੇਤਰਹੀਣ ਲੋਕਾਂ ਵਾਸਤੇ ਬਹੁਤ ਮਦਦਗਾਰ ਸਿੱਧ ਹੋਵੇਗੀ।